ਸਤਿਕਾਰ ਜੀ ਸਾਰਿਆਂ ਨੂੰ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਤੇ ਮੈਂ ਵੀ ਸੋਚਿਆ ਕਿ ਮੈਂ ਆਪਣੀ ਜਿਹੜੀ ਖੁਸ਼ੀ ਆ ਤੁਹਾਡੇ ਨਾਲ ਸਾਂਝੀ ਕਰ ਲਾਂ। ਬੜਿਆਂ ਦਿਨਾਂ ਤੋਂ ਇੱਕ ਰੌਲਾ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਪ੍ਰਧਾਨ ਲੱਗ ਰਹੇ ਆ ਤੇ ਲੱਗ ਰਹੇ ਆ ਜਾਂ ਫਿਰ ਨਹੀਂ ਲੱਗ ਰਹੇ ਹਨਾ, ਤੇ ਉਹਨਾਂ ਨੂੰ ਪ੍ਰਧਾਨ ਕਾਂਗਰਸ ਪਾਰਟੀ ਨੇ ਲਾ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਤੇ ਪੂਰੀ ਪਾਰਟੀ ਨੂੰ ਮੁਬਾਰਕਾਂ ਬਹੁਤ ਬਹੁਤ। ਪਰ ਇੱਕ ਇਹਦੇ 'ਚ ਆਮ ਜਿਹੜਾ ਜਨਤਾ ਦਾ ਫਾਇਦਾ ਹੋਇਆ ਨਾ, ਜਿਹੜੀ ਮੇਨ ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਆਮ ਜਨਤਾ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਜਿੱਦਾਂ ਹਨਾ, ਤੇ ਕਿਉਂਕਿ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਹੁਣੀ ਸਹੁੰ ਚੁੱਕੀ ਆ, ਉੱਦਾਂ ਹੀ ਜਿਹੜੇ ਪੰਜਾਬ ਦੇ ਮੁੱਦੇ ਸੀਗੇ ਜਿਹਨਾਂ ਮੁੱਦਿਆਂ 'ਤੇ ਉਹ ਬੋਲਦੇ ਸੀ ਉਹ ਮੁੱਦੇ ਨਾਲੇ ਹੀ ਸੋਲਵ ਹੋ ਗਏ ਸਾਰੇ। ਜਿਹੜੇ ਪੰਜਾਬ ਦੇ ਵਿੱਚ ਡਰੱਗ ਡੀਲਰ ਸੀਗੇ ਜਿੱਦਾਂ ਕਿ ਜਿਹੜੇ ਚਿੱਟਾ ਵੇਚਦੇ ਸੀ ਜਾਂ ਹੋਰ ਕੋਈ ਵੀ ਨਸ਼ਾ ਵੇਚਦੇ ਸੀਗੇ, ਉਹ ਸਾਰੇ ਲੱਭਦੇ ਨਹੀਂ ਪਏ ਜਦੋਂ ਦੀ ਸਿੱਧੂ ਸਾਹਿਬ ਨੇ ਸਹੁੰ ਚੁੱਕੀ ਆ। ਅਤੇ ਮਾੜਾ ਮੋਟਾ ਜਿੱਦਾਂ ਪਤਾ ਲੱਗਾ ਹੈ ਕਿ ਉਹ ਸਾਰੇ ਜਿੰਨੇ ਵੀ ਡੀਲਰ ਡੂਲਰ ਸੀਗੇ ਉਹ ਸਾਰੇ ਭੱਜ ਗਏ ਆ, ਬਾਰਡਰ ਵੱਲ ਨੂੰ ਜਾਂਦੇ ਦੇਖੇ ਗਏ ਆ, ਅਤੇ ਉਮੀਦ ਆ ਕਿ ਸ਼ਾਇਦ ਉਹਨਾਂ ਨੇ ਤਾਰ ਟੱਪ ਲਈ ਆ ਪਾਕਿਸਤਾਨ ਵਾਲੀ ਬਾਰਡਰ ਵਾਲੀ ਆਪਣੀ, ਅਤੇ ਉਹ ਸਾਰੇ ਡੀਲਰ ਮਤਲਬ ਪਹੁੰਚ ਗਏ ਆ ਜੀ ਪਾਕਿਸਤਾਨ, ਅਤੇ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਹੀ ਖਤਮ ਹੋ ਗਿਆ। ਅਤੇ ਇਹ ਤਾਂ ਇੱਕ ਤਾਂ ਸਭ ਤੋਂ ਵੱਡਾ ਇਹ ਫਾਇਦਾ ਹੋਇਆ ਪੰਜਾਬ ਵਾਸੀਆਂ ਨੂੰ ਹੈ ਨਾ, ਅਤੇ ਦੂਸਰਾ ਜਿਹੜਾ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਬਾਦਲ ਅਤੇ ਕੈਪਟਨ ਸਾਹਿਬ ਦਾ 75-25 ਦਾ ਮੈਚ ਚੱਲਦਾ, ਉਹ ਜਿੱਦਾਂ ਹੀ ਸਿੱਧੂ ਸਾਹਿਬ ਨੇ ਸਹੁੰ ਚੁੱਕੀ ਆ ਅਤੇ ਉਹ ਜਿਹੜਾ 75-25 ਦਾ ਮੈਚ ਆ ਉਹ ਹੁਣ ਡਰਾ ਹੋ ਗਿਆ, ਅਤੇ ਜਿਹੜੀ ਉਹ ਲੀਗ ਚੱਲਦੀ ਹੁੰਦੀ ਆ ਜਿਹਦੇ ਵਿੱਚ ਉਹ ਮੈਚ ਸੀਗਾ, ਅਤੇ ਉਹ ਲੀਗ ਵੀ ਹੁਣ ਪਰਮਾਨੈਂਟਲੀ ਖਤਮ ਕਰ ਦਿੱਤੀ ਗਈ ਆ, ਤਾਂ ਕਿ ਹੁਣ 75-25 ਵਾਲਾ ਰੌਲਾ ਜਿਹੜਾ ਉਹ ਵੀ ਮੁੱਕ ਗਿਆ। ਅਤੇ ਨਾਲੇ ਹੀ ਜਿੱਦਾਂ ਹੀ ਉਹਨਾਂ ਨੇ ਸਹੁੰ ਚੁੱਕੀ ਆ, ਜਿੰਨੇ ਵੀ ਜਿਹੜੇ ਸੀਗੇ ਆਪਣੇ ਰੇਤ ਮਾਫੀਆ ਵਾਲੇ, ਜਿੰਨੇ ਵੀ ਮੰਤਰੀਆਂ ਦੇ ਸੰਤਰੀਆਂ ਦੇ ਜਾਂ ਫਿਰ ਜਿਹੜੇ ਹੋਰ ਵੱਡੇ ਬੰਦਿਆਂ ਦੇ ਜਿਹੜੇ ਖੱਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਅਤੇ JVC ਮਸ਼ੀਨਾਂ ਅਤੇ ਜਿਹੜਾ ਹੋਰ ਉਹਨਾਂ ਦਾ ਸਮਾਨ ਸੀਗਾ, ਜਿੱਦਾਂ ਉਹ ਸਾਰਾ ਸਮਾਨ ਛੱਡ ਕੇ ਉਹ ਖੱਡਾਂ ਦੇ ਵਿੱਚ ਛੱਡ ਕੇ ਭੱਜ ਗਏ ਆ, ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਤਾਂ JVCਆਂ ਆ, ਪਹਿਲਾਂ ਤਾਂ ਜਿੰਨੇ ਪੰਜਾਬ ਦੇ ਪਿੰਡ ਆ ਉਹ ਹਰੇਕ ਇੱਕ ਇੱਕ ਪਿੰਡ ਨੂੰ JVC ਮਿਲ ਜਾਣੀ ਆ, ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਢੇਰ ਢੂਰ ਚੱਕਣ ਦੀ ਬੜੀ ਪੰਚਾਇਤ ਨੂੰ ਦਿੱਕਤ ਆਉਂਦੀ ਆ, ਵੀ ਢੇਰ ਢੂਰ ਚੱਕ ਕੇ ਇੱਕ ਵਾਰੀ ਇੱਧਰ ਉੱਧਰ ਕਰਨਾ ਹੁੰਦਾ ਹੈ ਨਾ, ਅਤੇ ਇੱਕ ਇੱਕ ਪਿੰਡ ਨੂੰ ਸਰਕਾਰ JVC ਦੇ ਰਹੀ ਆ, ਕਿਉਂਕਿ ਉਹ JVCਆਂ ਤਾਂ ਉਹ ਸਾਰੇ ਬਲੈਕੀ ਜਿਹੇ ਬੰਦੇ ਸੀਗੇ ਜਿਹੜੇ ਰੇਤੇ ਦੀ ਸਪਲਾਈ ਕਰਦੇ ਸੀ, ਰੇਤੇ ਦੀ ਬਲੈਕ ਕਰਦੇ ਸੀ, ਉਹ ਤਾਂ JVCਆਂ ਸਾਰੀਆਂ ਛੱਡ ਕੇ ਭੱਜ ਗਏ ਆ, ਅਤੇ ਬਾਕੀ ਜਿਹੜੇ ਟਰੈਕਟਰ ਟਰਾਲੀਆਂ ਆ ਬਾਕੀ ਹੋਰ ਜਿੰਨਾ ਵੀ ਸਮਾਨ ਆ ਉਹ ਸਾਰਾ ਵੇਚ ਕੇ ਅਤੇ ਉਹ ਸਰਕਾਰ ਨੇ ਕਹਿੰਦੇ ਪੰਜਾਬ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵਿੱਚ ਵੰਡ ਦੇਣਾ ਆ। ਇਹ ਵੀ ਇੱਕ ਬਹੁਤ ਵੱਡਾ ਫਾਇਦਾ ਹੋ ਗਿਆ ਪੰਜਾਬ ਵਾਸੀਆਂ ਨੂੰ। ਅਤੇ ਇੱਕ ਜਿਹੜਾ ਤੀਸਰਾ ਫਾਇਦਾ ਹੋਇਆ, ਹੁਣ ਜਿਹੜੇ ਨੌਜਵਾਨ ਰਹਿ ਗਏ ਆ ਬੇਰੁਜ਼ਗਾਰ, ਹੁਣ ਪਿੰਡਾਂ ਦੇ ਵਿੱਚ ਹਰੇਕ ਪਿੰਡ ਵਿੱਚ ਪਿਛਲੇ 2 ਦਿਨਾਂ ਤੋਂ ਛਾਪੇ ਪੈ ਰਹੇ ਆ, ਅਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਰਕਾਰ ਛਾਪੇ ਮਾਰ ਰਹੀ ਆ, ਕਿਉਂਕਿ ਜਿੰਨੇ ਵੀ ਉਹਨਾਂ ਨੇ ਹੁਣ ਜਿਹੜੇ ਹੈਗੇ ਆ ਨੌਜਵਾਨ ਜਿਹੜੇ ਬੇਰੁਜ਼ਗਾਰ ਰਹਿ ਗਏ ਆ ਜਿਨ੍ਹਾਂ ਦਾ ਨਹੀਂ ਪਤਾ ਲੱਗਾ, ਉਹਨਾਂ ਨੂੰ ਕਹਿੰਦੇ ਵੀ ਫੜ ਫੜ ਕੇ ਨੌਕਰੀਆਂ ਦੇਣੀਆਂ। ਅਤੇ ਇਹ ਵੀ ਇੱਕ ਬਹੁਤ ਵੱਡਾ ਭਲਾ ਹੋਇਆ ਸਿੱਧੂ ਸਾਹਿਬ ਦੇ ਪੰਜਾਬ ਪ੍ਰਧਾਨ ਲੱਗਣ ਦੇ ਨਾਲ। ਅਤੇ ਹੋਰ ਇੱਕ ਜਿਹੜੀ ਬਿਜਲੀ ਦਾ ਸਿੱਧੂ ਸਾਹਿਬ ਨੇ ਮੁੱਦਾ ਚੱਕਿਆ ਸੀਗਾ ਵੀ ਬਿਜਲੀ ਦਾ ਜਿਹੜਾ ਰੌਲਾ ਆ ਵੀ ਬਿਜਲੀ ਬਹੁਤ ਮਹਿੰਗੀ ਆ ਜਾਂ ਬਿਜਲੀ ਆਉਂਦੀ ਨਹੀਂ ਹੈਗੀ, ਉਹ ਵੀ ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਿਆਲ ਨੂੰ ਜਿੱਦਾਂ ਕੋਈ ਵੀ ਬੰਦਾ ਗਰਮੀਆਂ ਨੂੰ ਤਾਂ AC ਹਰੇਕ ਦੇ ਘਰ ਲਵਾ ਕੇ ਹੀ ਦੇਣਾ ਸਰਕਾਰ ਨੇ, ਅਤੇ ਸਿਆਲ ਨੂੰ ਵੀ ਕਹਿੰਦੇ ਹੀਟਿੰਗ ਵਾਲਾ ਸਿਸਟਮ ਕਰ ਦੇਣਾ, ਤਾਂ ਕਿ ਜਿੱਦਾਂ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਜਿੱਦਾਂ ਠੰਡ ਨਹੀਂ ਲੱਗਦੀ ਨਾ, ਤਾਂ ਕਿ ਇੱਦਾਂ ਜਿਹੜੇ ਆਪਣੇ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਕਿਸੇ ਨੂੰ ਵੀ ਠੰਡ ਨਾ ਲੱਗੇ। ਅਤੇ ਇਹ ਵੀ ਇੱਕ ਬਹੁਤ ਵੱਡਾ ਫਾਇਦਾ ਹੋਇਆ ਪੰਜਾਬ ਵਾਸੀਆਂ ਦਾ। ਅਤੇ ਇੱਕ ਚੀਜ਼ ਹੋਰ, ਜਦੋਂ ਸਹੁੰ ਚੱਕ ਸਮਾਰੋਹ ਚੱਲਦਾ ਸੀ ਨਾ ਉਸ ਟਾਈਮ 'ਤੇ ਉੱਥੇ ਨਾ ਜਿਹੜੇ 18-18 ਸਾਲਾਂ ਤੋਂ ਬੱਚੇ ਅਧਿਆਪਕ ਆ ਉਹ ਬੀਬੀਆਂ ਉੱਥੇ ਪ੍ਰਦਰਸ਼ਨ ਕਰਦੀਆਂ ਸੀਗੀਆਂ, ਅਤੇ ਸਿੱਧੂ ਸਾਹਿਬ ਨੇ ਇੰਨਾ ਫਾਸਟ ਐਕਸ਼ਨ ਕੀਤਾ ਕਿ ਉਹ ਜਿਹੜੀਆਂ ਬੀਬੀਆਂ ਸੀਗੀਆਂ ਉੱਥੇ ਜਿੰਨੀਆਂ ਵੀ ਪ੍ਰਦਰਸ਼ਨ ਕਰ ਰਹੀਆਂ ਸੀਗੀਆਂ ਹੈ ਨਾ,
ਉਹਨਾਂ ਨੂੰ ਉੱਥੇ ਹੀ ਖੜੇ ਪੈ ਰਹੀ ਉਹਨਾਂ ਨੂੰ ਮਤਲਬ ਹੁਣ ਮੈਨੂੰ ਇੱਦਾਂ ਦਾ ਪੂਰਾ ਯਾਦ ਨਹੀਂ ਪਏ ਕਿਹੜੇ ਕਿਹੜੇ ਜ਼ਿਲ੍ਹੇ 'ਚ ਕਿਹੜੇ ਕਿਹੜੇ ਕਿੱਥੇ ਕਿੱਥੇ ਵੀ ਉਹਨਾਂ ਨੂੰ ਪ੍ਰਿੰਸੀਪਲ ਲਾਤਾ ਸਿੱਧਾ ਹੀ ਫਿਰ ਉਹ ਮੰਗਦੇ ਤਾਂ ਸੀਗੀਆਂ ਵੀ ਮਤਲਬ ਮਾਸਟਰ ਦੀ ਨੌਕਰੀ ਅਤੇ ਉਹਨਾਂ ਨੂੰ ਸਿੱਧੂ ਸਾਹਿਬ ਨੇ ਪ੍ਰਿੰਸੀਪਲ ਲਾਤਾ ਮਤਲਬ ਕਹਿਣ ਦਾ ਕਿ ਪੰਜਾਬ ਦੇ ਜਿੰਨੇ ਵੀ ਜਿਹੜੇ ਮੁੱਦੇ ਸੀਗੇ ਉਹ ਸਾਰੇ ਹੀ ਸਿੱਧੂ ਸਾਹਿਬ ਦੇ ਸਹੁੰ ਚੁੱਕਣ ਦੇ ਨਾਲ ਹੀ ਖਤਮ ਹੋ ਗਏ ਆ ਅਤੇ ਇੱਕ ਗੱਲ ਸੱਚ ਕਹਿਣੀ ਅਤੇ ਇੱਕ ਗੱਲ ਸੱਚ ਕਹਿਣੀ ਭੁੱਲ ਗਿਆ ਵੀ ਉਹ ਸਿੱਧੂ ਸਾਹਿਬ ਨੇ ਕੱਲ੍ਹ ਇੱਕ ਕਿਹਾ ਕਿ ਪਤਾ ਨਹੀਂ ਉਹਨਾਂ ਦਾ ਕਿੱਦਾਂ ਨਾਰਾ ਆਇਆ ਵੀ ਜੀਜਾ ਸਾਲਾ ਰਹਿਣ ਨਹੀਂ ਦੇਣਾ ਏਦਾਂ ਕੁਛ ਕਰਕੇ ਉਹਨਾਂ ਨੇ ਸਿੱਧਾ ਉਹ ਬਿਕਰਮਜੀਤ ਸਿੰਘ ਮਜੀਠੀਆ ਅਤੇ ਟਾਰਗੇਟ ਕੀਤਾ ਨਾਲ ਸੁਖਬੀਰ ਬਾਦਲ ਨੂੰ ਅਤੇ ਹੁਣ ਮੈਨੂੰ ਜਾਣੀ ਕਿ ਪਤਾ ਲੱਗਾ ਅੱਜ ਹੀ ਹੁਣ ਇੱਕ ਘੰਟਾ ਕੁ ਪਹਿਲਾਂ ਪਤਾ ਲੱਗਾ ਵੀ ਮਜੀਠੀਏ ਨੂੰ ਇਹਨਾਂ ਨੇ ਕਰ ਦੇਣੀ ਇਹਦੀ ਦੋ ਚੌਂ ਦਿਨਾਂ ਤੱਕ ਜੇਲ੍ਹ ਕਰ ਦੇਣੀ ਇਹਨਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦੇਣਾ ਇਹਨਾਂ ਨੇ ਅਤੇ ਜ਼ਿਆਦਾ ਦਿਨ ਨਹੀਂ ਲੱਗਣੇ ਉਹ ਵੀ ਕਿਉਂਕਿ ਕੈਪਟਨ ਸਾਹਿਬ ਨੇ ਤਾਂ ਬਹੁਤ ਦੇਰੀ ਲਾ ਦਿੱਤੀ ਵੀ ਉਹਨਾਂ ਨੂੰ ਫੜ ਕੇ ਜੇਲ੍ਹ ਭੇਜਣ ਦਾ ਵੀ ਉਹ ਚਲੋ ਕੈਪਟਨ ਸਾਹਿਬ ਤੋਂ ਲੇਟ ਹੋ ਗਿਆ ਕਿਉਂਕਿ ਸਿੱਧੂ ਸਾਹਿਬ ਆਪਣੇ ਬਹੁਤ ਜ਼ਿਆਦਾ ਐਕਸ਼ਨ ਦੇ ਵਿੱਚ ਤੁਹਾਨੂੰ ਪਤਾ ਰਹਿੰਦੇ ਉਹ ਕਿੱਦਾਂ ਕਰਦਾ ਹੁੰਦਾ ਇੱਦਾਂ ਨਹੀਂ ਕਰਦਾ ਨਹੀਂ ਹੁੰਦਾ ਵੀ ਚੱਕ ਤੂੰ ਘੜੇ ਤੋਂ ਕੌਲਾਂ ਵਾਲਾ ਕੰਮ ਅਤੇ ਮਜੀਠੀਆ ਸਾਹਿਬ ਨੂੰ ਇਹਨਾਂ ਨੇ ਛੇਤੀ ਜੇਲ੍ਹ ਕਰ ਦੇਣੀ ਅਤੇ ਮੈਨੂੰ ਪਤਾ ਲੱਗਾ ਵੀ ਜਿਹੜਾ ਮਜੀਠੀਆ ਆ ਉਹ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਹਿੰਦੇ ਉਹ ਭੱਜਣ ਦੀ ਤਿਆਰੀ ਜਾਵੇ ਕਿਸੇ ਸ਼ਾਇਦ ਬਾਹਰਲੇ ਮੁਲਕ ਨੂੰ ਭੱਜ ਜਾਊਗਾ ਅਤੇ ਇਸ ਕਰਕੇ ਜਿਹੜੇ ਪੰਜਾਬੀਆਂ ਦੇ ਜਿਹੜੇ ਤਕਰੀਬਨ ਕਾਫੀ ਜਿਹੜੇ ਮੁੱਦੇ ਸੀਗੇ ਉਹ ਸਿੱਧੂ ਸਾਹਿਬ ਨੇ ਇੱਕ ਸਹੁੰ ਚੁੱਕ ਕੇ ਉਹ ਖਤਮ ਕਰ ਦਿੱਤੇ ਆ ਅਤੇ ਇੱਕ ਹਾਂ ਇੱਕ ਕਿਸਾਨੀ ਦੂਜੇ ਦਾ ਮੁੱਦਾ ਰਹਿ ਗਿਆ ਉਹ ਸਿੱਧੂ ਸਾਹਿਬ ਨੇ ਕਹਿ ਦਿੱਤਾ ਆ ਵੀ ਕੱਲ੍ਹ ਆਪਣੇ ਬਿਆਨ ਦੇ ਵਿੱਚ ਕਿਹਾ ਖਾਸ ਕਰਕੇ ਜਿਹੜਾ ਮੇਰਾ ਇਹ ਵੀਡੀਓ ਬਣਾਉਣ ਦਾ ਵੀ ਕਾਰਨ ਆ ਕੱਲ੍ਹ ਇੱਕ ਸਿੱਧੂ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਪਿਆਸਾ ਕਹਿੰਦੇ ਖੂਹ ਦੇ ਕੋਲ ਆ ਪਾਉਂਦਾ ਹੁੰਦਾ ਅਤੇ ਮੈਂ ਕਹਿੰਦਾ ਕਿਸਾਨਾਂ ਨੂੰ ਕਿ ਤੁਸੀਂ ਮੇਰੇ ਕੋਲ ਆਓ ਅਤੇ ਮੇਰੇ ਨਾਲ ਗੱਲ ਕਰੋ ਹੁਣ ਸਿੱਧੂ ਸਾਹਿਬ ਇੱਕ ਪ੍ਰਧਾਨ ਦੀ ਸਹੁੰ ਚੁੱਕ ਕੇ ਜਿਹੜੀ ਫੀਲਿੰਗ ਆ ਉਹ ਫੀਲਿੰਗ ਲੈ ਰਹੇ ਆ ਪ੍ਰਧਾਨ ਮੰਤਰੀ ਵਾਲੀ ਅਤੇ ਇਹ ਵੀ ਹੁਣ ਸਮਝ ਤੋਂ ਬਾਹਰ ਆ ਕਿ ਸਿੱਧੂ ਸਾਹਿਬ ਮੈਨੂੰ ਤਾਂ ਲੱਗਦਾ ਸ਼ਾਇਦ ਸੋਨੀਆ ਗਾਂਧੀ ਹੁਣ ਨਹੀਂ ਉਹਨਾਂ ਨੂੰ ਕਹਿ ਦਿੱਤਾ ਹੋਣਾ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਹੋਣੀਆਂ ਆ ਜਦੋਂ ਪ੍ਰਧਾਨ ਮੰਤਰੀ ਬਣਦਾ ਜਦੋਂ ਮੋਦੀ ਦੇ ਇਲੈਕਸ਼ਨ ਹੋਣੇ ਆ ਜਿਹੜੀ ਸੈਂਟਰ ਗੌਰਮੈਂਟ ਦੇ ਇਲੈਕਸ਼ਨ ਹੋਣੇ ਆ ਤਾਂ ਸ਼ਾਇਦ ਸਿੱਧੂ ਸਾਹਿਬ ਨੂੰ ਉਦੋਂ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਦੇ ਦਿੱਤਾ ਜਾਵੇ ਸ਼ਾਇਦ ਗੱਲ ਹੋਏ ਗਈ ਆ ਕਿਉਂਕਿ ਸਿੱਧੂ ਸਾਹਿਬ ਨੇ ਬਹੁਤ ਵੱਡੀ ਗੱਲ ਕਹੀ ਆ ਕਿ ਇਹ ਗੱਲ ਉਹੀ ਬੰਦਾ ਕਹਿ ਸਕਦਾ ਜਿਹਦੇ ਕੋਲ ਇੱਕ ਬਹੁਤ ਵੱਡਾ ਮਤਲਬ ਪਾਵਰਫੁਲ ਅਹੁਦਾ ਹੋਵੇ ਜਿੱਦਾਂ ਹੁਣ ਮੋਦੀ ਹੋਵੇ ਜਾਂ ਇਸ ਟਾਈਮ ਚਲੋ ਅਮਿਤ ਸ਼ਾਹ ਆ ਜਾਂ ਜਿਹੜੇ ਉਹਨਾਂ ਦੇ ਬਹੁਤ ਵੱਡੇ ਵੱਡੇ ਲੀਡਰ ਆ ਉਹ ਗੱਲ ਇਹ ਕਹਿੰਦੇ ਤਾਂ ਸਮਝ ਆਉਂਦੇ ਆ ਵੀ ਉਹ ਕੀ ਕਹਿ ਰਹੇ ਆ ਅਤੇ ਕਿਉਂ ਕਹਿ ਰਹੇ ਆ ਬਟ ਜਿਹੜੀ ਸਿੱਧੂ ਸਾਹਿਬ ਨੇ ਇਹ ਇੱਕ ਗੱਲ ਕਹਿਤੀ ਆ ਵੀ ਪਿਆਸਾ ਖੂਹ ਦੇ ਕੋਲ ਆ ਪਾਉਂਦਾ ਹੁੰਦਾ ਮਤਲਬ ਉਹਨਾਂ ਨੇ ਕਿਸਾਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਪਿਆਸੇ ਆ ਅਤੇ ਮੈਂ ਖੂਹ ਹਾਂ ਮੈਂ ਤੁਹਾਡੀ ਪਿਆਸ ਬੁਝਾ ਸਕਦਾ ਤੁਸੀਂ ਆਓ ਮੇਰੇ ਨਾਲ ਗੱਲ ਕਰੋ ਅਤੇ ਇਹ ਸੀਗੇ ਜੀ ਮੇਰੇ ਦਿਲ ਦੇ ਜਿਹੜੇ ਭਾਵ ਕਿ ਮੈਂ ਕਿਹਾ ਚੱਲ ਜਿਹੜੀ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚੋਂ ਜਿਹੜੇ ਮੁੱਦੇ ਸੀਗੇ ਜਿਹੜੇ ਪੋਲੀਟੀਕਲ ਮੁੱਦੇ ਸੀਗੇ ਉਹ ਖਤਮ ਹੋ ਗਏ ਆ ਅਤੇ ਮੀਡੀਆ ਨੇ ਵੀ ਇੱਦਾਂ ਦਿਖਾਇਆ ਕਿ ਤਕਰੀਬਨ ਸਾਰਾ ਕੁਛ ਹੁਣ ਜੀ ਪੰਜਾਬ 'ਚ ਸੈੱਟ ਹੋ ਗਿਆ ਅਤੇ ਸਾਰਾ ਕੁਛ ਹੁਣ ਭੁੱਲ ਜਾਓ ਕਿ ਹੁਣ ਕੋਈ ਮੁੱਦਾ ਨਹੀਂ ਹੈਗਾ ਹੁਣ ਤਾਂ ਬਸ ਇਹ ਸੋਚੋ ਵੀ ਇਸ ਵਾਰ ਕਾਂਗਰਸ ਆਊਗੀ ਜਾਂ ਅਕਾਲੀ ਆਊਗੇ ਜਾਂ ਆਊਗਾ ਕੇਜਰੀਵਾਲ ਬਸ ਇਹ ਹੁਣ ਕਿਉਂਕਿ ਵਿਕਾਸ ਦਾ ਸਾਰਾ ਜਿਹੜੇ ਮੇਨ ਕੰਮ ਸੀ ਉਹ ਤਾਂ ਸਾਰੇ ਹੱਲ ਹੋਏ ਗਏ ਆ ਅਤੇ ਹੁਣ ਬਸ ਇਹੀ ਆ ਵੀ ਬਸ ਉਹ ਆ ਜਾਵੇ ਜਾਂ ਉਹ ਆ ਜਾਵੇ ਜਾਂ ਉਹ ਆ ਜਾਵੇ ਕਿਉਂਕਿ ਹੁਣ ਤਾਂ ਇੱਦਾਂ ਦਾ ਕੋਰਾਲਾ ਰਿਹਾ ਹੀ ਨਹੀਂ ਵੀ ਜਿਹੜਾ ਕੰਮ ਮੈਂ ਉਹਨੇ ਆ ਕੇ ਕਰਨਾ ਜੀ ਉਹ ਆ ਕੇ ਕਰ ਦੂੰਗਾ ਕਿਉਂਕਿ ਹੁਣ ਇੱਦਾਂ ਦਾ ਤੀ ਕੋਈ ਗੱਲ ਰਹੀ ਨਹੀਂ ਹੈਗੀ ਵੀ ਜਿਹੜਾ ਜੀ ਕੰਮ ਅਕਾਲੀਆਂ ਜਾਂ ਕਾਂਗਰਸੀਆਂ ਨੇ ਨਹੀਂ ਕੀਤਾ ਕਿ ਉਹ ਜਾਂ ਝਾੜੂ ਵਾਲੇ ਕਰ ਲਊਗੇ ਜਾਂ ਫਿਰ ਆਪਣੇ ਬਾਦਲ ਸਾਹਿਬ ਮੁੜ ਕੇ ਆ ਕੇ ਕਰ ਲਊਗੇ ਹੈ ਨਾ ਅਤੇ ਹੁਣ ਪੰਜਾਬੀਆਂ ਦੇ ਸਾਰੇ ਮਸਲੇ ਤਾਂ ਹੱਲ ਹੋ ਹੀ ਗਏ ਆ ਅਤੇ ਕਮੈਂਟ ਕਰਕੇ ਦੱਸਿਓ ਕਿ ਜੇ ਤੁਸੀਂ ਵੀ ਮੇਰੇ ਵਾਂਗੂ ਖੁਸ਼ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਤਦ ਤੱਕ ਲਈ ਰੱਬ ਰਾਖਾ।